ਡੀਲਰ ਨੂੰ ਫੋਨ ਕੀਤਾ, ਉਹਨੇ ਕਿਹਾ ਵੀ ਪੀਰ ਸਾਹਿਬ ਦਾ ਬੰਦਾ ਆ ਰਿਹਾ ਪੈਸੇ ਵਾਪਸ। ਗੱਲ ਦਿੱਕਤ ਸੀ ਜੀ, ਇਰਫਾਨ ਸਾਹਿਬ ਉਸ ਬੰਦੇ ਦੀ ਕੰਢ ਸੁਣਦੀ ਪਈ, ਉਹ 50,000 ਰੁਪਏ ਕੀ ਦੀਦੇ, ਉਹ ਰੋ ਰੋ ਕੇ ਮੇਰੇ ਪੈਰ ਨਾ ਛੱਡੇ। ਹੁਣ ਉਹਨੇ ਪਤਾ ਨਹੀਂ 20,000 ਰੁਪਇਆ ਇਕੱਠਾ ਕਰਕੇ ਕਿਸ ਤਰ੍ਹਾਂ ਵਿਚਾਰੇ ਨੇ ਉਹ 50,000 ਕੀਤਾ ਹੋਣਾ, ਹੱਕ ਮਾਰਨ ਵਾਲੇ ਨੇ ਜਦੋਂ ਉਹਨਾਂ ਵਾਸਤੇ 50,000 ਲੱਖ ਕਿਹੜੀ ਚੀਜ਼ ਦੇ ਹੈ। ਅੱਲਾ ਨੇ ਕਰਮ ਕੀਤਾ ਹੈ ਕਿ ਦੇਖੋ ਮੇਰਾ ਹੁਣ ਇਹਨਾਂ ਨਾਲ ਕੀ ਪੈ ਲੱਗੇ, ਸਿਰਫ ਮੇਰੇ ਹੁਰੀਏ ਦੀ ਵਜ੍ਹਾ ਤੋਂ ਮੇਰੇ ਤੋਂ ਡਰਦੇ ਨੇ, ਹੋਰ ਇਹ ਨਹੀਂ। ਨਾ ਮੈਂ ਕਿਸੇ ਵੀ ਚੀਜ਼ ਦੇ ਨਾਲ ਅਸੀਂ ਇਹਨਾਂ ਦੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ, ਲੇਕਿਨ ਹੁਣ ਪਤਾ ਹੈ ਕਿ ਨਬੀ ਦਾ ਗੁਲਾਮ ਯਾਰ ਇਹਦੇ ਕੋਲ ਬਚ ਕੇ ਰਹਿ ਗਿਆ ਹੈ। ਨਬੀ ਦਾ ਗੁਲਾਮ ਉਹਦੇ ਬੰਦੇ ਦੇ ਪੈਸੇ ਵਾਪਸ ਲਓ, ਉਹਨੇ ਕਿੰਨੀਆਂ ਦੁਆਵਾਂ ਦਿੱਤੀਆਂ, ਕਿੰਨੀਆਂ ਦੁਆਵਾਂ, ਰੋਂਦਾ ਰਿਹਾ ਕਿ ਸਰਕਾਰ ਮੇਰੇ ਤੇ ਬੜੀ ਜਮ੍ਹਾਂ ਪੂੰਜੀ ਸੀ ਤੇ ਤੁਹਾਡੀ ਬੜੀ ਮਿਹਰਬਾਨੀ। ਮੈਨੂੰ ਯਕੀਨ ਵੀ ਨਹੀਂ ਸੀ ਕਿ ਇਹ ਬੰਦਾ ਪੈਸੇ ਦੇਗਾ। ਮੈਂ ਫਾਰਮੈਲਿਟੀ ਪੂਰੀ ਕੀਤੀ, ਉਹਨੂੰ ਫੋਨ ਕੀਤਾ ਕਿ ਯਾਰ ਮਾੜਾ ਬੰਦਾ ਕਿਹਦੇ ਨਾਲ ਇੰਜ ਨਾ ਕਰੋ। ਮੈਂ ਦੁਨੀਆਂ ਤੋਂ ਕੰਪਲੇਨਾਂ ਤੇ ਬੜੀਆਂ ਆਉਂਦੀਆਂ ਨੇ, ਜਦੋਂ ਕਿਸੇ ਦੇ ਹੱਕ ਤੇ ਬੰਦਾ ਨਜ਼ਰ ਰੱਖਦਾ ਜਾਂ ਹੱਕ ਖਾਂਦਾ ਹੈ, ਉਹ ਇੱਥੇ ਹੀ ਰੱਬ ਦਿਖਾ ਦਿੰਦਾ ਸਾਰਾ ਕੁਝ, ਪੂਰੀਆਂ ਨਹੀਂ ਪੈਂਦੀਆਂ ਕਿਸੇ ਦੀਆਂ, ਬੰਦਾ ਬਸ ਹਿਰਸ ਖਤਮ ਨਹੀਂ ਹੁੰਦੀਆਂ। ਅੱਲਾਹ ਤਾਲਾ ਮਾਨ ਸਾਹਿਬ ਵਾਲੇ ਲੋਕ ਸ਼ੇਰ ਨਾਮ ਤੇ ਪੜ੍ਹ ਕੇ ਫਿਰ ਸ਼ਾਮ ਪੜ੍ਹ ਲਏ।